ਪੰਜਾਬ ਵਿਧਾਨ ਸਭਾ ਦੇ ਬਾਹਰ ਕਾਂਗਰਸ ਦਾ ਪ੍ਰਦਰਸ਼ਨ ਜਾਰੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਮੰਤਰੀ ਤੇ ਕਾਂਗਰਸ ਦੇ ਪ੍ਰਧਾਨ ਵੀ ਨੇ ਵੜਿੰਗ ਸਾਹਿਬ, ਪ੍ਰਦਰਸ਼ਨ ਅੱਜ ਅੰਦਰ ਜਾਣ ਤੋਂ ਪਹਿਲਾਂ ਹੀ ਬਾਹਰ ਕਰਨਾ ਪਿਆ? ਦੇਖੋ, ਅਸੀਂ ਅੰਦਰ ਜਾਣਾ ਹੈ। ਕੱਲ ਨਪਿੰਦਰ ਜੀ ਸਾਨੂੰ ਅੰਦਰ ਬੋਲਣ ਨਹੀਂ ਦਿੱਤਾ ਗਿਆ, ਜਿਸ ਤਰੀਕੇ ਦਾ ਰਵੱਈਆ ਸੀਗਾ ਚੀਫ ਮਿਨਿਸਟਰ ਸਾਹਿਬ ਦਾ, ਸਰਕਾਰ ਦਾ। ਤੁਸੀਂ ਪਹਿਲਾਂ ਸਵਾਲ ਜਵਾਬ ਕਰੋ, ਫਿਰ ਸਾਡਾ ਜ਼ੀਰੋ ਆਰ ਹੈ, ਫਿਰ ਉਸ ਤੋਂ ਬਾਅਦ ਤੁਸੀਂ ਗਵਰਨਰ ਐਡਰੈਸ ਤੇ ਬੋਲੋ। ਔਰ ਪਹਿਲੀ ਵਾਰੀ ਹੋਇਆ ਸਾਰਾ ਕੁਝ ਚੱਕ ਕੇ ਗਵਰਨਰ ਐਡਰੈਸ ਤੇ ਚੀਫ ਮਿਨਿਸਟਰ ਸਾਹਿਬ ਬੋਲਣ ਲੱਗ ਪਏ। ਸਾਡਾ ਹੱਕ ਹੈ, ਕੱਲ ਦੇ ਸਵਾਲ ਸਾਡੇ ਗਏ, ਸਾਡਾ ਕੱਲ ਦਾ ਜ਼ੀਰੋ ਆਰ ਗਿਆ, ਫਿਰ ਤਾਲਾ ਲਿਆਏ ਸਪੀਕਰ ਸਾਨੂੰ, ਐ ਤਾਲਾ ਦਿਖਾ ਰਿਹਾ ਨੱਪ ਨੱਪ ਕੇ, ਆ ਆ ਆ ਲਾ ਦਿਆ। ਕਿਹਨੂੰ ਲਾਉਣਾ ਹੈ ਤਾਲਾ? ਸਾਨੂੰ ਲਾਉਣਾ? ਅਸੀਂ ਤਾਂ ਕਿਤੇ ਜਾਣ ਹੀ ਨਹੀਂ ਲੱਗੇ। ਸੋ ਮੇਰੇ ਕਹਿਣ ਦਾ ਮਤਲਬ, ਅਸੀਂ ਚਾਹੁੰਦੇ ਸੀਗੇ ਚਰਚਾ ਕਰਨੀ, ਲੇਕਿਨ ਐਸਾ ਜਾਣ ਬੁੱਝ ਕੇ ਮਾਹੌਲ ਬਣਾਉਂਦੇ ਹੈ, ਔਰ ਕਿਸ ਪ੍ਰਕਾਰ ਦੀ ਸ਼ਬਦਾਵਲੀ ਸੀ, ਮੈਨੂੰ ਸ਼ਰਮ ਆਉਂਦੀ ਹੈ। ਸਵਾਲ ਇਹ ਵੀ ਚੁੱਕਿਆ ਗਿਆ, ਕਹਿੰਦੇ ਕਿ ਗਵਰਨਰ ਸਾਹਿਬ ਨੂੰ ਐਡਰੈਸ ਨਹੀਂ ਕਰ ਦਿੱਤਾ ਗਿਆ, ਕਹਿੰਦੇ ਇਸ ਕਰਕੇ ਇਹ ਪੂਰਾ ਮਾਹੌਲ ਪੈਦਾ ਹੋ। 100% ਗਵਰਨਰ ਸਾਹਿਬ ਨੂੰ ਸਵਾਲ ਕੀਤਾ ਗਿਆ ਕਿ ਗਵਰਨਰ ਸਾਹਿਬ ਤੁਸੀਂ ਸ਼ੁਭਕਰਨ ਨੂੰ ਸ਼ਰਧਾਂਜਲੀ ਦੇ ਦਿਓ, ਰਾਈਟ? ਕੀ ਈਗੋ ਸੀ ਗਵਰਨਰ ਸਾਹਿਬ ਦੀ? ਕੀ ਭਾਜਪਾ ਜਾਂ ਪੰਜਾਬ ਦੀ ਸਰਕਾਰ? ਮੁੱਖ ਮੰਤਰੀ ਸਾਹਿਬ ਨੂੰ ਖੜੇ ਹੋ ਕੇ ਕਹਿਣਾ ਚਾਹੀਦਾ ਸੀ ਕਿ ਗਵਰਨਰ ਸਾਹਿਬ ਕਿਰਪਾ ਕਰਕੇ ਸ਼ੁਭਕਰਨ ਨੂੰ ਸ਼ਰਧਾਂਜਲੀ ਦੇ ਦਿਓ। ਸ਼ਰਧਾਂਜਲੀ ਦੀ ਮੰਗ ਕੀਤੀ, ਉਹਨਾਂ ਨੇ ਛੇਤੀ ਛੇਤੀ ਗਵਰਨਰ, ਕਿਉਂਕਿ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੇ ਵਿੱਚ ਕੀ ਚੱਲਦਾ ਹੈ ਸਾਰੀ ਦੁਨੀਆ ਜਾਣਦੀ ਹੈ। ਉਹ ਵੀ ਵੇਲਾ ਯਾਦ ਕਰੋ, ਤੁਸੀਂ ਸਾਡੀ ਤੋਹੀਨ ਕਹਿੰਦੇ ਹੋ, ਜਦੋਂ ਗਵਰਨਰ ਸਾਹਿਬ ਇਹ ਕੇ ਗਏ ਸੀ ਉਹਨਾਂ ਨੇ ਮੇਰੀ ਸਰਕਾਰ ਸ਼ਬਦ ਉਡਾਤਾ ਸੀ, ਉਹਨਾਂ ਨੇ ਕਿਹਾ ਮੇਰੀ ਸਰਕਾਰ ਨਹੀਂ, ਪਿਛਲੇ ਗਵਰਨਰ ਐਡਰੈਸ ਦੇ ਵਿੱਚ। ਤੁਹਾਡੀ ਆਪਦੀ ਲੜਾਈ ਹੈ, ਗਵਰਨਰ ਸਾਹਿਬ ਉਹ ਗਵਰਨਰ ਐਡਰੈਸ ਪੜ੍ਹਨਾ ਹੀ ਨਹੀਂ ਚਾਹੁੰਦੇ ਸੀ, ਕਿਹਨੇ ਰੋਕਿਆ? ਉਹ ਬੋਲ ਦਿੰਦੇ ਕਰਨ ਦੇ ਮਸਲੇ ਤੇ। ਉਧਰ ਜਾਖੜ ਸਾਹਿਬ ਹੋਣੀ, ਹੁਣ ਅੱਜ ਕੱਲ ਬੀਜੇਪੀ ਵਾਲ ਨੇ ਤਾਂ ਉਹ ਸਾਫ ਤੌਰ ਤੇ ਕਹਿੰਦੇ ਸ਼ੁਭਕਰਨ ਮਰਵਾਇਆ ਕਿਨੇ, ਉਹ ਤਾਂ ਇਹ ਸਵਾਲ ਤੁਹਾਨੂੰ ਕਰ ਰਹੇ। ਸ਼ੁਭਕਰਨ ਉਹਨਾਂ ਨੂੰ ਪੁੱਛ ਲਓ, ਫਿਰ ਕਹਿ ਦਿਓ ਵੀ ਕਿਸਾਨ ਯੂਨੀਅਨ ਨੇ ਆਪ ਮਰਾਤਾ, ਰਬੜ ਚ ਗੋਲੀ ਮਾਰੀ ਮੁੱਖ ਮੰਤਰੀ ਸਾਹਿਬ ਤੁਹਾਡਾ ਜਾਖੜ ਸਾਹਿਬ ਤੁਹਾਡੇ ਅਨਿਲ ਵਿੱਚ ਗ੍ਰਹਿ ਮੰਤਰੀ ਨੇ ਉਹਨੂੰ ਮੁੰਡੇ ਨੂੰ ਮਾਰਿਆ, ਤੇ ਉਹਦੇ ਗੁਨੇਗਾਰ ਅਸੀਂ ਹੈ। ਤੁਹਾਡੇ ਤਾਨਾਸ਼ਾਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖਨੌਰੀ ਬਾਰਡਰ ਪਾਕਿਸਤਾਨ ਦਾ ਬਾਰਡਰ ਬਣਾਤਾ, ਸਵਾਲ ਸਾਡੇ ਕੋਲ ਇੱਥੋਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਰ ਇੱਥੇ ਧਰਨਾ ਲਾਇਆ, ਧਰਨਾ ਲਾਉਣਾ ਕਿਆ ਬੰਦਾ ਉਹਨਾਂ ਦਾ? ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ। ਬਜਟ ਤੋਂ ਕੋਈ ਉਮੀਦ ਕਰਦੇ ਹੋ? ਬਜਟ ਕਿਸ ਤਰ੍ਹਾਂ ਦਾ ਚਾਹੀਦਾ ਤੁਹਾਨੂੰ? ਸਰਕਾਰ ਨੂੰ, ਇਹ ਤਾਂ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ ਹੈ, ਬਜਟ ਤੋਂ ਕਿਸੇ ਪ੍ਰਕਾਰ ਦੀ ਕੋਈ ਉਮੀਦ ਨਹੀਂ ਹੈ। ਤੁਸੀਂ ਦੇਖ ਲਓਗੇ ਆਉਣ ਵਾਲਾ ਜਿਹੜਾ ਬਜਟ ਆਜੂਗਾ, ਪਤਾ ਲੱਗ ਜੂਗਾ। ਪੰਜਾਬ ਵਿਧਾਨ ਸਭਾ ਦੇ ਬਾਹਰ ਕਾਂਗਰਸ ਦਾ ਪ੍ਰਦਰਸ਼ਨ ਜਾਰੀ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਸਾਬਕਾ ਮੰਤਰੀ ਤੇ ਕਾਂਗਰਸ ਦੇ ਪ੍ਰਧਾਨ ਵੀ ਨੇ ਵੜਿੰਗ ਸਾਹਿਬ, ਪ੍ਰਦਰਸ਼ਨ ਅੱਜ ਅੰਦਰ ਜਾਣ ਤੋਂ ਪਹਿਲਾਂ ਹੀ ਬਾਹਰ ਕਰਨਾ ਪਿਆ? ਦੇਖੋ, ਅਸੀਂ ਅੰਦਰ ਜਾਣਾ ਹੈ। ਕੱਲ ਨਪਿੰਦਰ ਜੀ ਸਾਨੂੰ ਅੰਦਰ ਬੋਲਣ ਨਹੀਂ ਦਿੱਤਾ ਗਿਆ, ਜਿਸ ਤਰੀਕੇ ਦਾ ਰਵੱਈਆ ਸੀਗਾ ਚੀਫ ਮਿਨਿਸਟਰ ਸਾਹਿਬ ਦਾ, ਸਰਕਾਰ ਦਾ। ਤੁਸੀਂ ਪਹਿਲਾਂ ਸਵਾਲ ਜਵਾਬ ਕਰੋ, ਫਿਰ ਸਾਡਾ ਜ਼ੀਰੋ ਆਰ ਹੈ, ਫਿਰ ਉਸ ਤੋਂ ਬਾਅਦ ਤੁਸੀਂ ਗਵਰਨਰ ਐਡਰੈਸ ਤੇ ਬੋਲੋ। ਔਰ ਪਹਿਲੀ ਵਾਰੀ ਹੋਇਆ ਸਾਰਾ ਕੁਝ ਚੱਕ ਕੇ ਗਵਰਨਰ ਐਡਰੈਸ ਤੇ ਚੀਫ ਮਿਨਿਸਟਰ ਸਾਹਿਬ ਬੋਲਣ ਲੱਗ ਪਏ। ਸਾਡਾ ਹੱਕ ਹੈ, ਕੱਲ ਦੇ ਸਵਾਲ ਸਾਡੇ ਗਏ, ਸਾਡਾ ਕੱਲ ਦਾ ਜ਼ੀਰੋ ਆਰ ਗਿਆ, ਫਿਰ ਤਾਲਾ ਲਿਆਏ ਸਪੀਕਰ ਸਾਨੂੰ, ਐ ਤਾਲਾ ਦਿਖਾ ਰਿਹਾ ਨੱਪ ਨੱਪ ਕੇ, ਆ ਆ ਆ ਲਾ ਦਿਆ। ਕਿਹਨੂੰ ਲਾਉਣਾ ਹੈ ਤਾਲਾ? ਸਾਨੂੰ ਲਾਉਣਾ? ਅਸੀਂ ਤਾਂ ਕਿਤੇ ਜਾਣ ਹੀ ਨਹੀਂ ਲੱਗੇ। ਸੋ ਮੇਰੇ ਕਹਿਣ ਦਾ ਮਤਲਬ, ਅਸੀਂ ਚਾਹੁੰਦੇ ਸੀਗੇ ਚਰਚਾ ਕਰਨੀ, ਲੇਕਿਨ ਐਸਾ ਜਾਣ ਬੁੱਝ ਕੇ ਮਾਹੌਲ ਬਣਾਉਂਦੇ ਹੈ, ਔਰ ਕਿਸ ਪ੍ਰਕਾਰ ਦੀ ਸ਼ਬਦਾਵਲੀ ਸੀ, ਮੈਨੂੰ ਸ਼ਰਮ ਆਉਂਦੀ ਹੈ। ਸਵਾਲ ਇਹ ਵੀ ਚੁੱਕਿਆ ਗਿਆ, ਕਹਿੰਦੇ ਕਿ ਗਵਰਨਰ ਸਾਹਿਬ ਨੂੰ ਐਡਰੈਸ ਨਹੀਂ ਕਰ ਦਿੱਤਾ ਗਿਆ, ਕਹਿੰਦੇ ਇਸ ਕਰਕੇ ਇਹ ਪੂਰਾ ਮਾਹੌਲ ਪੈਦਾ ਹੋ। 100% ਗਵਰਨਰ ਸਾਹਿਬ ਨੂੰ ਸਵਾਲ ਕੀਤਾ ਗਿਆ ਕਿ ਗਵਰਨਰ ਸਾਹਿਬ ਤੁਸੀਂ ਸ਼ੁਭਕਰਨ ਨੂੰ ਸ਼ਰਧਾਂਜਲੀ ਦੇ ਦਿਓ, ਰਾਈਟ? ਕੀ ਈਗੋ ਸੀ ਗਵਰਨਰ ਸਾਹਿਬ ਦੀ? ਕੀ ਭਾਜਪਾ ਜਾਂ ਪੰਜਾਬ ਦੀ ਸਰਕਾਰ? ਮੁੱਖ ਮੰਤਰੀ ਸਾਹਿਬ ਨੂੰ ਖੜੇ ਹੋ ਕੇ ਕਹਿਣਾ ਚਾਹੀਦਾ ਸੀ ਕਿ ਗਵਰਨਰ ਸਾਹਿਬ ਕਿਰਪਾ ਕਰਕੇ ਸ਼ੁਭਕਰਨ ਨੂੰ ਸ਼ਰਧਾਂਜਲੀ ਦੇ ਦਿਓ। ਸ਼ਰਧਾਂਜਲੀ ਦੀ ਮੰਗ ਕੀਤੀ, ਉਹਨਾਂ ਨੇ ਛੇਤੀ ਛੇਤੀ ਗਵਰਨਰ, ਕਿਉਂਕਿ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੇ ਵਿੱਚ ਕੀ ਚੱਲਦਾ ਹੈ ਸਾਰੀ ਦੁਨੀਆ ਜਾਣਦੀ ਹੈ। ਉਹ ਵੀ ਵੇਲਾ ਯਾਦ ਕਰੋ, ਤੁਸੀਂ ਸਾਡੀ ਤੋਹੀਨ ਕਹਿੰਦੇ ਹੋ,
ਜਦੋਂ ਗਵਰਨਰ ਸਾਹਿਬ ਇਹ ਕੇ ਗਏ ਸੀ ਉਹਨਾਂ ਨੇ ਮੇਰੀ ਸਰਕਾਰ ਸ਼ਬਦ ਉਡਾਤਾ ਸੀ। ਉਹਨਾਂ ਨੇ ਕਿਹਾ ਮੇਰੀ ਸਰਕਾਰ ਨੀ, ਪਿਛਲੇ ਗਵਰਨਰ ਐਡਰੈਸ ਦੇ ਵਿੱਚ ਤੁਹਾਡੀ ਆਪਦੀ ਲੜਾਈ ਹੈ। ਗਵਰਨਰ ਸਾਹਿਬ ਉਹ ਗਵਰਨਰ ਐਡਰੈਸ ਪੜਨਾ ਹੀ ਨਹੀਂ ਚਾਹੁੰਦੇ ਸੀ, ਕਿਹਨੇ ਰੋਕਿਆ? ਉਹ ਬੋਲ ਦਿੰਦੇ ਕਰਨ ਦੇ ਮਸਲੇ ਤੇ। ਉਧਰ ਜਾਖੜ ਸਾਹਿਬ ਹੋਣੀ ਹੁਣ ਅੱਜ ਕੱਲ ਬੀਜੇਪੀ ਵੱਲ ਨੇ ਤਾਂ ਉਹ ਸਾਫ਼ ਤੌਰ ਤੇ ਕਹਿੰਦੇ ਸ਼ੁਭਕਰਨ ਮਰਵਾਇਆ ਕਿ ਨਹੀਂ, ਉਹ ਤਾਂ ਇਹ ਸਵਾਲ ਤੁਹਾਨੂੰ ਕਰ ਰਹੇ। ਸ਼ੁਭਕਰਨ ਉਹਨਾਂ ਨੂੰ ਪੁੱਛ ਲਓ, ਫਿਰ ਕਹਿ ਦਿਓ ਵੀ ਕਿਸਾਨ ਯੂਨੀਅਨ ਨੇ ਆਪ ਮਰਾਤਾ, ਰਬੜ ਚ ਗੋਲੀ ਮਾਰੀ ਮੁੱਖ ਮੰਤਰੀ ਸਾਹਿਬ ਤੁਹਾਡਾ ਜਾਖੜ ਸਾਹਿਬ ਤੁਹਾਡੇ ਅਨਿਲ ਵਿੱਚ ਗ੍ਰਹਿ ਮੰਤਰੀ ਨੇ ਉਹਨੂੰ ਮੁੰਡੇ ਨੂੰ ਮਾਰਿਆ ਤੇ ਉਹਦੇ ਗੁਨੇਗਾਰ ਅਸੀਂ ਹੈ। ਤੁਹਾਡੇ ਤਾਨਾਸ਼ਾਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖਨੌਰੀ ਬਾਰਡਰ ਪਾਕਿਸਤਾਨ ਦਾ ਬਾਰਡਰ ਬਣਾਤਾ, ਸਵਾਲ ਸਾਡੇ ਕੋਲ ਇੱਥੋਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਕਾਰ ਇੱਥੇ ਧਰਨਾ ਲਾਇਆ, ਧਰਨਾ ਲਾਉਣਾ ਕਿਆ ਬੰਦਾ ਉਹਨਾਂ ਦਾ? ਸ਼ਰਮ ਆਉਣੀ ਚਾਹੀਦੀ ਹੈ ਬੀਜੇਪੀ। ਬਜਟ ਤੋਂ ਕੋਈ ਉਮੀਦ ਕਰਦੇ ਹੋ? ਬਜਟ ਕਿਸ ਤਰ੍ਹਾਂ ਦਾ ਚਾਹੀਦਾ ਤੁਹਾਨੂੰ? ਸਰਕਾਰ ਨੂੰ, ਇਹ ਤਾਂ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ ਹੈ ਬਜਟ ਤੋਂ, ਕਿਸੇ ਪ੍ਰਕਾਰ ਦੀ ਕੋਈ ਉਮੀਦ ਨਹੀਂ ਹੈ। ਤੁਸੀਂ ਦੇਖ ਲਓਗੇ ਆਉਣ ਵਾਲਾ ਜਿਹੜਾ ਬਜਟ ਆਜੂਗਾ ਪਤਾ ਲੱਗ ਜੂਗਾ।